ਸ਼ਾਮ ਨੰਬਰ ਨੰਬਰ 4 ਦੇਖੋ ਦ ਵੀਲ ਆਫ ਕਾਰ ਆਰ ਡਾਇਮੀਟਰ 80 ਸੈਂਟੀਮੀਟਰ ਈਚ ਮਤਲਬ ਕਾਰ ਦਾ ਵੀਲ ਹੈ ਟਾਇਰ ਹੈ ਜਿਹਦਾ ਡਾਇਮੀਟਰ ਕਿੰਨਾ 80 ਸੈਂਟੀਮੀਟਰ ਠੀਕ ਹੈ ਹਾਊ ਮੈਨੀ ਕੰਪਲੀਟ ਰਿਵੋਲਿਊਸ਼ਨ ਡਜ਼ ਈਚ ਵੀਲ ਕਿ ਮੈਂ ਦੱਸਣਾ ਕਿ ਜਿਹੜਾ ਕਾਰ ਦਾ ਟਾਇਰ ਹੈ ਉਹ ਕਿੰਨੇ ਵਾਰੀ ਘੁੰਮਦਾ ਹੈ ਕਿੰਨੇ ਵਾਰੀ ਘੁੰਮਦਾ ਠੀਕ ਹੈ ਘੁੰਮਦਾ ਕਿੰਨੇ ਵਾਰੀ ਇਸ ਤਰ੍ਹਾਂ ਘੁੰਮਦਾ ਹੈ ਇਫ ਈਚ ਵੀਲ ਮੇਕ ਇਨ 10 ਮਿੰਟ ਵੈਨ ਕਾਰ ਇਜ ਟਰੈਵਲਿੰਗ ਐਟ ਅ ਸਪੀਡ ਆਫ 66 ਕਿਲੋਮੀਟਰ ਪਰ ਆਵਰ ਦੱਸਣਾ ਕਾਰ ਆਪਣਾ ਟਾਇਰ ਕਿੰਨੇ ਵਾਰੀ ਘੁੰਮਦਾ ਹੈ ਕਾਰ ਦਾ ਜੋ ਟਾਇਰ ਹੈ ਉਹ ਕਿੰਨੇ ਵਾਰੀ ਘੁੰਮਦਾ ਹੈ ਜੇ ਉਹਦੀ ਸਪੀਡ ਕੀ ਹੈ 10 ਮਿੰਟ ਦੱਸਣਾ 10 ਮਿੰਟ ਵਿੱਚ ਕਿੰਨੇ ਵਾਰੀ ਘੁੰਮਦਾ ਹੈ 10 ਮਿੰਟ ਵਿੱਚ ਜੇ ਉਹਦੀ ਸਪੀਡ 66 ਕਿਲੋਮੀਟਰ ਹੋਵੇ ਇੱਕ ਘੰਟੇ ਵਿੱਚ ਸਪੀਡ ਕਿੰਨੀ ਉਹਦੀ 66 ਕਿਲੋਮੀਟਰ ਠੀਕ ਹੈ ਦੱਸਣਾ 10 ਮਿੰਟ ਵਿੱਚ ਉਹ ਕਿੰਨੇ ਵਾਰੀ ਘੁੰਮੂਗਾ ਅਤੇ ਆਪਾਂ ਸਟਾਰਟਿੰਗ ਦੇ ਵਿੱਚ ਵੀ ਗੱਲ ਕੀਤੀ ਨਾ ਜੇ ਸਰਕਲ ਦੇ ਆਪਾਂ ਆਸੇ ਪਾਸੇ ਘੁੰਮਦੇ ਹਾਂ ਸਰਕਲ ਦੇ ਆਸੇ ਪਾਸੇ ਘੁੰਮਦੇ ਹਾਂ ਤਾਂ ਕੀ ਬਣ ਜਾਂਦਾ ਆਪਣਾ ਸਰਕਮਫਰੈਂਸ ਬਣ ਜਾਂਦਾ ਸਰਕਮਫਰੈਂਸ ਮਤਲਬ 2πr ਫਾਰਮੂਲਾ ਮਤਲਬ ਜੇ ਸਰਕਲ ਦੇ ਆਪਾਂ ਆਸੇ ਪਾਸੇ ਇੱਕ ਵਾਰੀ ਘੁੰਮੇ ਹਾਂ ਤਾਂ 2πr ਜੇ ਸਰਕਲ ਦੇ ਆਸੇ ਪਾਸੇ ਆਪਾਂ 2 ਵਾਰੀ ਘੁੰਮੇ ਹਾਂ ਤਾਂ 2πr ਘੁੰਮੇ ਮਤਲਬ ਗੇੜੇ 2 ਗੇੜੇ ਲਾਏ ਹੈ ਜੇ ਸਰਕਲ ਦੇ ਆਪਾਂ ਆਸੇ ਪਾਸੇ 3 ਗੇੜੇ ਲਾਤੇ ਤਾਂ 3×2πr ਗੇੜੇ ਮਤਲਬ ਰਾਊਂਡ ਆ ਠੀਕ ਹੈ ਜੇ ਮਤਲਬ ਸਰਕਲ ਦੇ ਆਪਾਂ ਆਸੇ ਪਾਸੇ 1 ਰਾਊਂਡ ਲਾਇਆ ਤਾਂ 2πr ਜੇ ਸਰਕਲ ਦੇ ਆਸੇ ਪਾਸੇ 2 ਰਾਊਂਡ ਲਾਤੇ ਤਾਂ 2×2πr ਜੇ 3 ਰਾਊਂਡ ਲਾਤੇ 3×2πr ਠੀਕ ਹੈ ਆਹ ਕਨਸੈਪਟ ਆਪਾਂ ਸਟਾਰਟਿੰਗ ਵਿੱਚ ਪੜ੍ਹ ਚੁੱਕੇ ਹਾਂ ਅਤੇ ਇਹੀ ਆਪਾਂ ਕੀ ਹੈ ਜੋ ਟਾਇਰ ਘੁੰਮ ਰਿਹਾ ਮਤਲਬ ਟਾਇਰ ਨੇ ਕਿੰਨੇ ਵਾਰੀ ਰਾਊਂਡ ਕੀਤਾ ਹੈ ਇਹ ਚੀਜ਼ ਲੱਭਣੀ ਹੈ ਟਾਇਰ ਨੇ ਕਿੰਨੇ ਵਾਰੀ ਠੀਕ ਹੈ ਮਤਲਬ ਰਾਊਂਡ ਕੀਤਾ ਹੈ ਰਿਵੈਲਿਊਸ਼ਨ ਮਤਲਬ ਰਾਊਂਡ ਕਿੰਨੇ ਵਾਰੀ ਘੁੰਮਿਆ ਹੈ ਰਾਊਂਡ ਸੋ ਇਨਡਾਇਰੈਕਟਲੀ ਪਰ ਜਿਹੜਾ ਵੀਲ ਹੈ ਟਾਇਰ ਹੈ ਇਹਦਾ ਕੀ ਲੱਭਣਾ ਸਰਕਮਫਰੈਂਸ ਲੱਭਣਾ ਸੋ ਦੇਖੋ ਸੋ ਪਹਿਲਾਂ ਆਪਾਂ ਲਿਖਾਂਗੇ ਰੇਡੀਅਸ ਆਫ ਵੀਲ ਮਤਲਬ ਸਰਕਲ ਪਾ ਲਓ ਠੀਕ ਹੈ ਬ੍ਰੈਕਟ 'ਚ ਇਹਨੂੰ ਆਰ ਦਾ ਨਾਮ ਦੇ ਦਿਓ ਠੀਕ ਹੈ ਰੇਡੀਅਸ ਆਫ ਵੀਲ ਆਰ ਕਿੰਨਾ ਜੋ 40 ਸੈਂਟੀਮੀਟਰ ਠੀਕ ਹੈ ਸੋ ਇਟ ਮੀਨ ਦੇਖੋ ਨਾ ਲੱਭਣਾ ਕੀ ਹੈ ਰਿਵੈਲਿਊਸ਼ਨ ਮਤਲਬ ਇੱਕ ਰਿਵੈਲਿਊਸ਼ਨ ਨੂੰ ਮਤਲਬ ਇੱਕ ਰਾਊਂਡ ਨੂੰ ਆਪਾਂ ਕੀ ਕਹਾਂਗੇ ਸਰਕਮਫਰੈਂਸ ਠੀਕ ਹੈ ਇੱਕ ਰਾਊਂਡ ਨੂੰ ਕੀ ਕਹਾਂਗੇ ਸਰਕਮਫਰੈਂਸ ਸੋ ਸਰਕਮਫਰੈਂਸ ਆਫ ਵੀਲ ਇਹਦਾ ਕੀ ਬਣ ਜੂ ਫਾਰਮੂਲਾ 2πr ਮਤਲਬ 2×22/7×40 ਠੀਕ ਹੈ ਸੋ ਇੱਥੇ ਥੋੜ੍ਹਾ ਆਪਾਂ ਲਿਖ ਵੀ ਲੈਂਦੇ ਹਾਂ 1 ਰਿਵੈਲੂਏਸ਼ਨ ਡਿਸਟੈਂਸ ਕਵਰ ਇਹ ਕਿਹਦੇ ਕੋਲ ਹੈ ਸਰਕਮਫਰੈਂਸ ਆਫ ਸਰਕਲ ਇਹਦੇ ਇਕੁਅਲ ਹੈ ਠੀਕ ਹੈ ਜੀ ਇਹ ਵਾਲੀ ਚੀਜ਼ ਓਕੇ ਮਤਲਬ 2×22/7×40 ਠੀਕ ਅਤੇ ਹੁਣ ਆਪਾਂ ਰਿਵੈਲਿਊਸ਼ਨ ਲੱਭਣੇ ਆ ਰਾਊਂਡ ਲੱਭਣੇ ਆ ਸੋ ਆਪਾਂ ਕਰਦੇ ਹਾਂ ਲੈਟ ਨੰਬਰ ਆਫ ਰਿਵੈਲਿਊਸ਼ਨ ਓਕੇ ਉਹ ਕਰ ਲਏ ਐਨ ਠੀਕ ਹੈ ਅਤੇ ਫਿਰ ਜੇ ਐਨ ਰਿਵੈਲਿਊਸ਼ਨ ਕੀਤੇ ਆ ਐਨ ਰਾਊਂਡ ਕੀਤੇ ਆ ਫਿਰ ਟੋਟਲ ਡਿਸਟੈਂਸ ਕਿੰਨਾ ਬਣਜੂ ਵੀਲ ਦਾ ਟੋਟਲ ਡਿਸਟੈਂਸ ਸੋ ਯੂ n×2πr ਮਤਲਬ ਐਨ ਮਲਟੀਪਾਈ 2×22/7×40 ਆਹ ਚੀਜ਼ ਬਣ ਗਈ ਆਪਣੀ ਓਕੇ ਸੋ ਦੇਖੋ ਹੁਣ ਜਿਹੜਾ ਆਪਾਂ ਨੂੰ ਸਪੀਡ ਦਿੱਤੀ ਉਹਨੇ ਸਪੀਡ ਦਿੱਤੀ ਹੈ ਨਵਾਂ ਸਟੈਪ ਦੇਖੋ ਧਿਆਨ ਸਪੀਡ ਆਪਣੇ ਕੋਲ 66 ਕਿਲੋਮੀਟਰ ਪਰ ਆਰ ਆਹ ਚੀਜ਼ ਗਿਵਨ ਹੈ ਹੁਣ ਜਿਹੜੀ ਸਪੀਡ ਹੈ ਉਹ ਆਪਣੀ 66 ਕਿਲੋਮੀਟਰ ਪਰ ਆਵਰ ਹੁਣ ਜਿਹੜਾ ਆਵਰ ਹੈ ਇਹਨੂੰ ਆਪਾਂ ਮਿੰਟ ਵਿੱਚ ਚੇਂਜ ਕਰਾਂਗੇ ਕਿਉਂ ਕਿ ਇੱਥੇ ਕਿਲੋਮੀਟਰ ਹੈ ਇੱਥੇ ਸੈਂਟੀਮੀਟਰ ਹੈ ਦੋਨਾਂ ਦੀ ਮੇਜ਼ਰਮੈਂਟ ਦੀ ਜਿਹੜੀ ਯੂਨਿਟ ਆ ਸੇਮ ਹੋਵੇ ਜਾਂ ਆਹ ਵੀ ਕਿਲੋਮੀਟਰ ਹੋਈਏ ਅਤੇ ਆਹ ਵੀ ਜਾਂ ਤਾਂ ਆਹ ਵੀ ਸੈਂਟੀਮੀਟਰ ਹੋਈਏ ਸੋ ਇਹਨੂੰ ਆਪਾਂ ਸੈਂਟੀਮੀਟਰ ਵਿੱਚ ਚੇਂਜ ਕਰ ਦਾਂਗੇ ਠੀਕ ਹੈ ਸੋ ਇੱਥੇ ਲਿਖਦੇ ਹਾਂ ਡਿਸਟੈਂਸ ਕਵਰ ਇਨ 1 ਆਰ 66 ਹੁਣ 66 ਕਿਲੋਮੀਟਰ ਹੈ ਸੋ ਪਹਿਲਾਂ ਆਪਾਂ ਜਾਵਾਂਗੇ ਮੀਟਰ ਵਿੱਚ ਕਿਲੋਮੀਟਰ ਤੋਂ ਮੀਟਰ ਵਿੱਚ ਜਾਣ ਵਾਸਤੇ ਮਲਟੀਪਲਾਈ ਕਰਾਂਗੇ ਵਿਦ 1000 ਠੀਕ ਹੈ ਜੀ ਫਿਰ ਮੀਟਰ ਤੋਂ ਜਾਵਾਂਗੇ ਸੈਂਟੀਮੀਟਰ ਦੇ ਵਿੱਚ ਅਤੇ ਮਲਟੀਪਲਾਈ ਕਰਾਂਗੇ 100 ਠੀਕ ਹੈ ਸੋ ਦੇਖਿਓ ਧਿਆਨ ਨਾਲ
सो कितना 66 मल्टीबाई 1000 मल्टीबाई 100 इस डिस्टेंस कवर किया एक आवर बच्चे। सो एक आवर बच्चे मिनट कि होंगे 60 मिनट होंगे। सो इतने पर 60 मिनट लिखा आवर मिनट में क्यों चेंज करा क्योंकि सेंटीमीटर के नाल हमेशा अपना मिनट ही अपलाई होंगे ठीक है। सो डिस्टेंस कवर इन वन मिनट कि आजगा इन पूरे आप कर देंगे 60 के नाल डिवाइड ठीक है जी। तो अपना जो अपना डिस्टेंस फाइंड करना 10 मिनट कि डिस्टेंस कवर करना। सो डिस्टेंस कवर इन 10 मिनट सो यदी पूरी की आप मल्टीप्लाई करा विद 10 के नाल ओके 10 देना 0 0 कैंसल कर दो 11 ओके। सो अपने को बचूगा होना 11 इंटू 1000 इंटू 100। सो डिस्टेंस कवर होंगे अपना इन 10 मिनट ठीक है जी। सो ध्यान दे ध्यान देखो आ भी डिस्टेंस अपना 10 मिनट का आ भी अपना की है डिस्टेंस ही व्हील का। सो दोनों डिस्टेंस है तो इन्होंने दोनों आप इक्वल रखा अकॉर्डिंग टू कंडीशन एन इंटू 2 × 22/7 × 40 = 11 × 1000 × 100 ठीक है जी। सो ध्यान देखो सो एन = 11 × 1000 × 100 × 7/22 × 1/40 × 1/2 ओके। सो आप इन कैंसल कर दें इस 0 नाल आ 0 कैंसल कर दो इन दोनों 11 के टेबल से कट कर दो ठीक है। ये 50 इन करो आ वाला 25 4 नाल 125 ठीक। सो एन = 25 × 25 कि 625 × 7 सो इन दोवों की करेंगे मल्टीप्लाई कि 4375 सो ये अपना कि आंसर है ओके okay?